ਮਨਪੀਐ ਸੁਣ ਸ਼ਬਦ ਵਿਚਾਰਾ ਮਨਪੀਐ ਸੁਣ ਸ਼ਬਦ ਵਿਚਾਰਾ ਜਿਵੇਂ ਧੰਮ ਬਖਸ਼ੇ ਔਰਤ ਦਾ ਮਨਪੀਐ ਸੁਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਫਿਰ ਤੁਹਾਡੇ ਘਰ ਸਾਡੇ ਸਨਮੁਖ ਗੁਰੂ ਦੀ ਚਾਕਰੀ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਸ਼ੁਕਰ ਵਾਹ ਗੁਰੂ ਜੀ ਦਾ ਸਹਜੇ ਸਹਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਆਂ ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 282 ਦੇ ਉੱਪਰ ਅੰਕਿਤ 14ਵੀਂ ਅਸ਼ਟਪਦੀ ਦੇ 6 ਪਦਿਆਂ ਦੀ ਵਿਚਾਰ ਕੱਲ ਤੱਕ ਆਪਾਂ ਕੀਤੀ ਸੀ ਅੱਜ 7ਵਾਂ ਪਦਾ ਸ਼ੁਰੂ ਹੋ ਰਿਹਾ ਆਓ ਕਰੀਏ ਦੀਦਾਰ ਜੀ ਜੈਨ ਪ੍ਰਭ ਜਾਤਾ ਸੋ ਸ਼ੋਭਾ ਬੰਤ ਜਿਨ੍ਹਾਂ ਨੇ ਪਿਆਰੇ ਵਾਹਿਗੁਰੂ ਜੀ ਨੂੰ ਪਹਿਚਾਨ ਲਿਆ ਸਮਝ ਲਿਆ ਸੰਝ ਪਾ ਲਈ ਉਹਦੇ ਵਰਤਾਰੇ ਵਰਤ ਦੇ ਮਹਿਸੂਸ ਹੋਣ ਲੱਗ ਪਏ ਜਿੰਦਗੀ ਦਾ ਹਰ ਵਰਤਾਰਾ ਪਿਆਰੇ ਦਾ ਪ੍ਰੇਮ ਰਸ ਮਹਿਸੂਸ ਹੋਣ ਲੱਗ ਪਿਆ ਚਾਹੇ ਸੁੱਖਾਂ ਦਾ ਵਰਤਾਰਾ ਚਾਹੇ ਦੁੱਖਾਂ ਦਾ ਵਰਤਾਰਾ ਚਾਹੇ ਕੋਈ ਸਹਿਯੋਗ ਦੇਣ ਦਾ ਕਿਸੇ ਦੇ ਸਹਿਯੋਗ ਦੇਣ ਦਾ ਵਰਤਾਰਾ ਚਾਹੇ ਕਿਸੇ ਦੇ ਵਿਰੋਧ ਕਰਨ ਦਾ ਵਰਤਾਰਾ ਜਦੋਂ ਹਰ ਵਰਤਾਰੇ ਵਿੱਚੋਂ ਇਦਾਂ ਮਹਿਸੂਸ ਹੋਣ ਲੱਗ ਗਿਆ ਕਿ ਪਿਆਰਾ ਤਾਂ ਮੈਨੂੰ ਗਲ ਪਕੜੀ ਪਾ ਕੇ ਰਸ ਵੰਡ ਰਿਹਾ ਉਹ ਤਾਂ ਮੈਨੂੰ ਹਰ ਵੇਲੇ ਚਰਨ ਕਮਲਾਂ ਦੀ ਮੋਜ ਦਾ ਰਸ ਦੇਈ ਜਾ ਰਿਹਾ ਸਮਝ ਲਿਓ ਮਨ ਦੀ ਸਾਂਝ ਪਿਆਰੇ ਨਾਲ ਪੈ ਗਈ ਹੈ ਤੇ ਸ਼ੋਭਾ ਵਾਲੀ ਨੇ ਉਹਨਾਂ ਦੀ ਵਿਡਿਆਈ ਹੁੰਦੀ ਹੈ ਉਦੋਂ ਕੰਨੇ ਦੇ ਅੰਤਰਾਜ ਕਰਦੇ ਨੇ ਤਾਂ ਗੱਲ ਸੰਸਾਰ ਉਧਰ ਤੈਨ ਮੰਤ ਫਿਰ ਐਸੇ ਜਿਹੜੇ ਗੁਰੂ ਦੇ ਚਾਕਰ ਨੇ ਵਾਹਿਗੁਰੂ ਦੇ ਪਿਆਰੇ ਨੇ ਉਹ ਜਦੋਂ ਹੋਰਾਂ ਨੂੰ ਸਲਾਹ ਦਿੰਦੇ ਨੇ ਮੰਤ ਹੁੰਦਾ ਸਲਾਹ ਉਹਨਾਂ ਦੀ ਸਲਾਹ ਲੈ ਕੇ ਉਹਨਾਂ ਦੇ ਬਚਨਾਂ ਤੋਂ ਉਹਨਾਂ ਦੇ ਉਪਦੇਸ਼ਾਂ ਤੋਂ ਸੰਸਾਰ ਵਿੱਚ ਪਤਾ ਨਹੀਂ ਕਿੰਨੇ ਕਿ ਲੋਕ ਚਿੰਤਾ ਦੁੱਖਾ ਬਿਗਨ ਕੁੰਮਣ ਕੇਰੀਆਂ ਤੋਂ ਬਚ ਜਾਂਦੇ ਨੇ ਆਖੋ ਫਤਨੀਓ ਕਿੰਨੇ ਅਕ ਦਾ ਉਧਾਰ ਕਰ ਦਿੰਦੇ ਨੇ ਬਹੁਤੇ ਰੱਬੀ ਉਪਦੇਸ਼ ਗੁਰੂ ਦੇ ਬਚਨਾਂ ਨੂੰ ਸਲਾਹ ਦੇ ਰੂਪ ਵਿੱਚ ਹੋਰਨਾਂ ਨੂੰ ਦੱਸਦੇ ਨੇ ਦੁਨੀਆ ਤੇ ਬਹੁਤ ਲੋਕ ਉਹਨਾਂ ਦੀ ਸਲਾਹ ਨੂੰ ਮੰਨਦੇ ਨੇ ਜਿਹੜੇ ਮੰਨਦੇ ਨੇ ਉਧਰਾਂ ਬਚਨ ਜਾਣਦੇ ਨੇ ਉਹ ਚਿੰਤਾਵਾਂ ਵਿੱਚ ਪਿਆ ਦੁੱਖਾਂ ਵਿੱਚ ਪਿਆ ਗੁਰੂ ਦੇ ਪਿਆਰਿਆਂ ਨੇ ਰੱਬ ਦੇ ਉਪਦੇਸ਼ਾਂ ਨੂੰ ਰੱਬ ਦੇ ਸੱਚੇ ਗਿਆਨ ਨੂੰ ਗੁਰਬਾਣੀ ਦੇ ਖਜ਼ਾਨੇ ਨੂੰ ਬੰਡਿਆ ਉਹ ਚਿੰਤਾ ਦੇ ਕਾਰਨ ਤਾਂ ਉੱਥੇ ਹੀ ਰਹੇ ਪਰ ਉਹਨਾਂ ਨੂੰ ਨਿਸ਼ਚਿੰਤ ਹੋ ਕੇ ਜਿਉਣਾ ਆ ਗਿਆ ਕਰਦਾ ਮਾਹੌਲ ਸਮਰਨਾ ਸ਼ੁਰੂ ਹੋ ਗਿਆ ਇਹਦਾ ਉਹਨਾਂ ਦੀ ਸਲਾਹ ਦੇ ਨਾਲ ਪਤਾ ਨਹੀਂ ਕਿਤਨੇ ਕਿ ਬਚ ਜਾਂਦੇ ਨੇ ਪਰਬ ਕੇ ਸੇਵਕ ਸਗਲ ਉਦਾਹਰਨ ਪ੍ਰਭੂ ਦੇ ਚਾਕਰ ਵਾਇਕਰੀ ਜੀ ਦੇ ਚਾਕਰ ਸਾਰਿਆਂ ਨੂੰ ਸਦਾਰ ਦੇ ਨੇ ਚੰਗੀਆਂ ਸਲਾਹਾਂ ਦਿੰਦੇ ਨੇ ਉਹਨਾਂ ਨੂੰ ਚਿੰਤਾਵਾਂ ਤੋਂ ਦੁੱਖਾਂ ਤੋਂ ਤੁਮਣ ਕੇਰੀਆਂ ਤੋਂ ਮੁਰੀਆਂ ਆਤਾਂ ਤੋਂ ਬਚਨ ਦੀ ਪ੍ਰੇਰਣਾ ਦਿੰਦੇ ਨੇ ਔਰ ਬਚਾ ਦਿੰਦੇ ਨੇ ਪ੍ਰਭ ਕੇ ਸੇਵਕ ਦੁਖ ਵਿਸਾਰਨ ਪ੍ਰਭੂ ਦੇ ਸੇਵਕ ਉਹਨਾਂ ਦੀ ਆਪਣੀ ਜ਼ਿੰਦਗੀ 'ਚ ਦੁੱਖ ਆਉਂਦੇ ਨੇ ਉਹ ਦੁੱਖ ਸਤਾ ਨਹੀਂ ਸਕਦੇ ਉਹਨਾਂ ਨੂੰ ਕਿਉਂਕਿ ਦੁੱਖਾਂ ਨੂੰ ਦਾਤ ਸਮਝਦੇ ਨੇ ਉਹ ਦੁੱਖਾਂ ਨੂੰ دارو ਸਮਝਦੇ ਨੇ ਦੁੱਖ ਆਉਂਦੇ ਨੇ ਉਹਨਾਂ ਦੇ ਮਾਨਸਿਕ ਮੰਡਲ ਵਿੱਚ ਨਹੀਂ ਸਤਾਉਂਦੇ ਉਹ ਦੁੱਖਾਂ ਨੂੰ ਵਿਸਾਰ ਦਿੰਦੇ ਨੇ ਪਤਾ ਨਹੀਂ ਕਿਤਨੇ ਇੱਕ ਨੂੰ ਉਜukt ਸਿਖਾਉਂਦੇ ਨੇ ਦੁੱਖਾਂ 'ਚ ਘਬਰਾਨਾ ਵਿਸ਼ਵਾਸ ਕਰ ਰੱਬ ਤੇਰੇ ਲਈ ਬਹੜ ਰਿਹਾ ਹੈ ਵਾਹਿਗੁਰੂ ਜੀ ਤੇਰੇ ਲਈ ਵਰਤਾਰੇ ਵਰਤਾਰੇ ਨੇ ਸਮਝ ਉਹਨਾਂ ਵਰਤਾਰਿਆਂ ਨੂੰ ਇਹ ਸਾਰਾ ਖੇਲ ਵਾਹਿਗੁਰੂ ਜੀ ਦਾ ਹੈ ਆਪੇ ਮੇਲ ਲੈੇ ਕਿਰਪਾਲ ਫਿਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਕਿਰਪਾਲੂ ਨੇ ਤਰਸ ਕਰਦੇ ਨੇ ਆਪਣੇ ਆਪ ਮਿਲ ਲੈਂਦੇ ਨੇ ਸਾਨੂੰ ਗੁਰ ਕਾ ਸ਼ਬਦ ਜਪ ਪਹਿ ਨਿਹਾਲ ਉਹ ਗੁਰੂ ਦਾ ਉਪਦੇਸ਼ ਜ਼ਿੰਦਗੀ ਚ ਜਿਉਣਾ ਤੇ ਸ਼ੁਕਰਾਨਾ ਕਰਨਾ ਇਹਨੂੰ ਕਹਿੰਦੇ ਨੇ ਗੁਰੂ ਦੇ ਸ਼ਬਦ ਨੂੰ ਜਪਣਾ ਗੁਰੂ ਪਾਥਿਆ ਦੇ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨਣਾ ਤੇ ਆਪਣਾ ਦਾਵਾ ਨਾ ਕਰਨਾ ਕਹਿਣਾ ਕਿ ਇਹ ਗੁਰੂ ਦੀ ਕਿਰਪਾ ਨਾਲ ਹੋਇਆ ਇਹਨੂੰ ਕਹਿੰਦੇ ਨੇ ਗੁਰ ਸ਼ਬਦ ਨੂੰ ਜਪਣਾ ਅੰਦਰ ਸੰਤੋਸ਼ਟੀ ਮਿਲਦੀ ਹੈ ਉਹ ਨੇ ਹਾਲ ਹੁੰਦੇ ਨੇ ਸੰਤੁਸ਼ਟ ਹੁੰਦੇ ਨੇ ਜਿਹੜਾ ਸੰਤੋਸ਼ਟ ਹੈ ਉਹ ਸੁਖੀ ਹੈ ਜਿਹੜਾ ਨਾ ਸੰਤੋਸ਼ਟ ਹੈ ਦੁਖੀ ਹੈ ਉਨकी ਸੇਵਾ ਸੋਈ ਲੱਗੇ ਐਸੇ ਪਿਆਰਿਆਂ ਦੀ ਸੇਵਾ ਪਾਪ ਸਹਿਯੋਗ ਦੇਣ ਵਾਲੇ ਉਹੀ ਹੁੰਦੇ ਨੇ ਜਿਸ ਨੂੰ ਕਿਰਪਾ ਕਰ ਰਹਿ ਬੜ ਭਾਗਾ ਹੈ ਜਿਨ੍ਹਾਂ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ ਉਰਬ ਦੇ ਚਾਕਰਾਂ ਦੀ ਸੇਵਾ ਕਰਦੇ ਨੇ ਭਾਵ ਉਹਨਾਂ ਨੂੰ ਸਹਿਯੋਗ ਦਿੰਦੇ ਨੇ ਉਹਨਾਂ ਦੇ ਸਪੋਰਟਰ ਬਣਦੇ ਨੇ ਕਿਉਂਕਿ ਗੁਰੂ ਦੇ ਚਾਕਰ ਪਰਪਕਾਰ ਦੇ ਮਿਸ਼ਨ ਤੇ ਤੁਰਦੇ ਨੇ ਪਰਪਕਾਰ ਦੇ ਮਿਸ਼ਨ ਤੇ ਤੁਰਨ ਦੇ ਵਾਸਤੇ ਜਿਹੜੇ ਪਰਪਕਾਰ ਦੇ ਮਾਰਗ ਦੀਆਂ ਲੋੜਾਂ ਨੇ ਉਹਦੇ ਲਈ ਫਿਰ ਉਹ ਸਪੋਰਟ ਕਰਦੇ ਨੇ ਆਨ ਮਨ ਧਨ ਆਪਾ ਵਾਰਦੇ ਨੇ ਤੁਹਾਨੂੰ ਕਹਿੰਦੇ ਨੇ ਉਹ ਪਿਆਰਿਆਂ ਦੀ ਸੇਵਾ ਵਿੱਚ ਲੱਗਦੇ ਨੇ ਨਾਮ ਅੰਜਪਤ ਪਾਵ ਐਂ ਬਿਸ਼ਰਾਮ ਨਾਮ ਨੂੰ ਜਪਣਾ ਨਿਜ਼ਮ ਰੂਪੀ ਨਾਮ ਨੂੰ ਫੋਲੋ ਕਰਨਾ ਨਾਮ ਨੂੰ ਜਪਣਾ ਗਿਆਨ ਰੂਪੀ ਨਾਮ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਉਹਨੂੰ ਖਿਹੜੇ ਮੱਥੇ ਮੰਨਣਾ ਸ਼ੁਕਰਾਨੇ ਵਿੱਚ ਜਿਉਣਾ ਤੇ ਗਿਆਨ ਰੂਪੀ ਨਾਮ ਨੂੰ ਜਪਣਾ ਗਿਆਨ ਰੂਪੀ ਨਾਮ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਦਾਸ ਉਹਦੀ ਪੈ ਪਾਵਨੀ ਇਹ ਜਪਣਾ ਇਹਦੇ ਨਾਲ ਮਨ ਇੱਕ ਮਿਸ਼ਨ ਤੇ ਤੁਰਦਾ ਹੈ ਪਟਕਦਾ ਨਹੀਂ ਇਹਨੂੰ ਇੱਕ ਟਿਕਾਣਾ ਮਿਲ ਜਾਂਦਾ ਹੈ ਇਨੂੰ ਇੱਕ ਦਿਸ਼ਾ ਮਿਲ ਜਾਂਦੀ ਹੈ ਨਾਨਕ ਤਿੰਨ ਪੁਰਖ ਕਾ ਉਤਮ ਕਰਮਾਨ ਇਹ ਨਾਨਕ ਜੀ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਉਹ ਆਮ ਨਹੀਂ ਹੁੰਦੇ ਉਹ ਆਈਡੀਅਲ ਹੁੰਦੇ ਨੇ ਉਹ ਆਦਰਸ਼ ਹੁੰਦੇ ਨੇ ਉਹ ਵਿਰਲੇਆਂ ਚੋਂ ਕੋਟਨ ਮੈ ਕੋਵ ਵਾਲੇ ਹੁੰਦੇ ਨੇ ਉਹ ਪੁਰਖ ਉਤਮ ਹੁੰਦੇ ਨੇ ਆਖੋ ਵਾਹਿਗੁਰੂ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਮਾਨ ਸਨਮਾਨ ਦਿੰਦੇ ਨੇ ਕਿਉਂਕਿ ਉਹ ਗੁਰੂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਚ ਪ੍ਰੈਕਟੀਕਲ ਮੰਨਦੇ ਨੇ ਜੋ ਕਿਛ ਕਰਾ ਸੋ ਪ੍ਰਭ ਕੈ ਰੰਗ ਉਹ ਜੋ ਕੁਛ ਵੀ ਗੁਰੂ ਦਾ ਚਾਕਰ ਕਰਦਾ ਹੈ ਉਹ ਪ੍ਰਭੂ ਦੇ ਪਿਆਰ ਵਿੱਚ ਕਰਦਾ ਹੈ ਪ੍ਰਭੂ ਦਾ ਰੰਗ ਉਹ ਪਿਆਰੇ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਜੋ ਕਿਛ ਕਰਾ ਉਹ ਜੋ ਕੁਛ ਵੀ ਕਰਦਾ ਹੈ ਵਾਹਿਗੁਰੂ ਜੀ ਦੀਆਂ ਬਖਸ਼ੀਆਂ ਲੈਣ ਵਾਸਤੇ ਤੇ ਵਾਹਿਗੁਰੂ ਜੀ ਦੀਆਂ ਬਖਸ਼ਮ ਵੰਡਣ ਵਾਸਤੇ ਕਰਦਾ ਹੈ ਸਦਾ ਸਦਾ ਵਸੈ ਹਰ ਸੰਗ ਕਿਉਂਕਿ ਹਰ ਵੇਲੇ ਵਾਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਉਹ ਵਾਿਗੁਰੂ ਜੀ ਦੇ ਨਾਲ ਬਸਦਾ ਹੈ ਉਹ ਜਿੱਥੇ ਵੀ ਜਾਂਦਾ ਹੈ ਉੱਥੇ ਤਰੰਗਾਂ ਗੁਰਮਤ ਦੀਆਂ ਗੁਰਬਾਣੀ ਪਿਆਰ ਦੀਆਂ ਰੱਬੀ ਪਿਆਰ ਦੀਆਂ ਤਰੰਗਾਂ ਪੈਦਾ ਹੋ ਜਾਂਦੀਆਂ ਨੇ ਕਿਉਂਕਿ ਰੱਬ ਦੇ ਨਾਲ ਬਸ ਰਿਹਾ ਸਹਿਜ ਜਿ ਸੁਭਾਏ ਹੋਵੇ ਸੋ ਹੋਏ ਉਹਨਾਂ ਦੇ ਅੰਦਰ ਸਹਿਜ ਹੁੰਦਾ ਹੈ ਸ੍ਰੇਸ਼ਟ ਪ੍ਰੇਮ ਹੁੰਦਾ ਹੈ ਤੇਰੇ ਵਰਤਾਰੇ ਵਰਤਦੇ ਨੇ ਤੁਸੀਂ ਸੋਚ ਕੇ ਦੇਖੋ ਹਰ ਇੱਕ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਪਿਆਰਾ ਐਸਾ ਹੁੰਦਾ ਜਿਹਦਾ ਆਬਾ ਮੰਡਲ ਜਿਹਦਾ ਪ੍ਰਤਾਪ ਰੱਬ ਦੇ ਪਿਆਰ ਵਾਲਾ ਹੁੰਦਾ ਤੁਸੀਂ ਆਪਣੇ ਘਰ ਵਿੱਚ ਬੈਠੇ ਹੋ ਉਲਝਣ ਤਾਣੀਆਂ ਚੁੱਲ ਜਿਓ ਘਰ ਦਾ ਮਾਹੌਲ ਹੋਰੀ ਤਰ੍ਹਾਂ ਦਾ ਬਣਿਆ ਪਿਆ ਹੁੰਦਾ ਹੈ ਬੱਚੇ ਖਿਜਰੇ ਹੁੰਦੇ ਨੇ ਪਰ ਜਦੋਂ ਕੋਈ ਗੁਰੂ ਕਾ ਪਿਆਰਾ ਹੁੰਦਾ ਹੈ ਸਾਰਾ ਮਾਹੌਲ ਚੇਂਜ ਕਰ ਦਿੰਦਾ ਹੈ ਰੰਗਾਂ ਹੀ ਬਦਲ ਜਾਂਦੀਆਂ ਨੇ ਕਿਉਂਕਿ ਉਹਦਾ ਇੱਕ ਆਬਾ ਮੰਡਲ ਹੈ ਉਹਦਾ ਔਰਾ ਹੈ ਉਹ ਆਪਣੇ ਅੰਦਰੋਂ ਆਪਣੇ ਵਾਹਿਗੁਰੂ ਜੀ ਨਾਲ ਇਕਮਿਕ ਰਹਿਣ ਵਾਲਾ ਗੁਰੂ ਦਾ ਚਾਕਰ ਹੁੰਦਾ ਹੈ। ਉਹਦਾ ਪ੍ਰਤਾਪ ਹੁੰਦਾ ਹੈ। ਜਦੋਂ ਤੁਸੀਂ ਉਸ ਪ੍ਰਤਾਪ ਦੇ ਵਿੱਚ ਉਸ ਆਭਾ ਮੰਡਲ ਵਿੱਚ ਬੈਠ ਕੇ ਗੁਰੂ ਕੀਆਂ ਵਿਚਾਰਾਂ ਕਰਦੇ ਹੋ, ਮਨ ਜਜ਼ਬਿਆਂ ਵਿੱਚ ਆਉਂਦਾ ਹੈ, ਮਨ ਦਿਸ਼ਾ ਵਿੱਚ ਆਉਂਦਾ ਹੈ। ਮਨ ਦੇ ਅੰਦਰ ਚੰਗੀ ਚੰਗੀ ਸੋਚ ਫੁਰਦੀ ਹੈ। ਇਹ ਪ੍ਰਭੂ ਪਿਆਰਿਆਂ ਦਾ ਸੰਗ ਹੁੰਦਾ ਹੈ ਖੁਆਏ। ਕਰਨੈ ਹਾਰ ਪਛਾਣੈ ਸੋਏ ਜਿਨ੍ਹਾਂ ਦੇ ਅੰਦਰ ਸਹਜ ਹੈ। ਸ੍ਰੇਸ਼ਟ ਪ੍ਰੀਤ ਹੈ ਵਾਹਿਗੁਰੂ ਜੀ ਦੀ ਹਰ ਵੇਲੇ ਉਹਦੀ ਪ੍ਰੀਤ ਦੇ ਉਹਦੇ ਪ੍ਰੇਮ ਦੇ ਰਸ ਨੂੰ ਮਾਣਦੇ ਨੇ ਤੇ ਵੰਡਦੇ ਨੇ ਉਹ ਕਰਨ ਹਰ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਉਂਦੇ ਨੇ ਉਹਨਾਂ ਨੇ ਪਛਾਣ ਲਿਆ ਹਰ ਥਾਂ ਤੇ ਵਾਹਿਗੁਰੂ ਜੀ ਨੂੰ ਉਹਨਾਂ ਦੇ ਨਾਲ ਕੋਈ ਬੁਰਾ ਸਲੂਕ ਕਰਦਾ ਹੈ ਉਹਦੇ ਵਿੱਚੋਂ ਵੀ ਰੱਬ ਨੂੰ ਦੇਖ ਕੇ ਉਹਦੀ ਵੀ ਚੱਕਰੀ ਦੀ ਭਾਵਨਾ ਵਿੱਚ ਰਹਿੰਦੇ ਨੇ ਕੋਈ ਖਿੱਚ ਕੇ ਬੋਲਦਾ ਹੈ ਕੋਈ ਉਸ ਨੂੰ ਨਾ ਸਮਝ ਸਮਝਦਾ ਹੈ ਕੋਈ ਉਸ ਨੂੰ ਸਮਝਦਾ ਵੀ ਇਹ ਤਾਂੁੰਜੀ ਹੈ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਹਿਜ ਵਿੱਚ ਰਹਿੰਦੇ ਨੇ ਪ੍ਰੇਮ ਰਸ ਦੀਆਂ ਬੂੰਦਾ ਮੰਨਦੇ ਨੇ ਉਹਨਾਂ ਨੇ ਸਾਂਝ ਪਾਲੀ ਆ ਕਰਨ ਹਾਰ ਦੇ ਨਾਲ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਗੁਰੂ ਕੇ ਚਾਕਰ ਜੋ ਵੀ ਵਰਤਾਰਾ ਉਹਦੀ ਜ਼ਿੰਦਗੀ ਚ ਉਹਦੇ ਚਾਰਚ ਫੇਰੇ ਵਾਪਰਦਾ ਹੈ ਉਹਨੂੰ ਮਿੱਠਾ ਕਰਕੇ ਮੰਨਦੇ ਨੇ ਇਸੇ ਕਰਕੇ ਅੰਦਰ ਸਹਿਜ ਹੁੰਦਾ ਹੈ ਬਰਤਾਰਿਆਂ ਨੂੰ ਮਨ ਤੇ ਲਾ ਕੇ ਦੁਖੀ ਨਹੀਂ ਹੁੰਦੇ ਜਿਹੜੇ ਵਰਤਾਰੇ ਦੁਖੀ ਕਰਦੇ ਨੇ ਉਹਨਾਂ ਵਰਤਾਰਿਆਂ ਤੋਂ ਪਿੱਛੇ हट ਜਾਂਦੇ ਨੇ ਗੈਪ ਪਾ ਲੈਂਦੇ ਨੇ ਉਲਝਦੇ ਨਹੀਂ ਆਗਰ ਕਿਸੇ ਦਾ ਵਰਤਮ ਵਿਵਹਾਰ ਦੁਖੀ ਕਰਦਾ ਹੈ ਪਰਪਕਾਰ ਦੇ ਰਾ ਵਿੱਚ ਰੁਕਾਵਟਾਂ ਖੜੀਆਂ ਕਰਦਾ ਹੈ ਉਹਦੇ ਨਾਲ ਨਫ਼ਰਤ ਨਹੀਂ ਕਰਦੇ ਉਹਦੇ 'ਚ ਉਲਝਦੇ ਨਹੀਂ ਉਹ ਆਪਣੇ ਆਪ ਨੂੰ ਪਿੱਛੇ ਹਟਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਜਿਉਣਾ ਆ ਗਿਆ ਕੋ ਵਾਹਿਗੁਰੂ ਉਹਨਾਂ ਨੂੰ ਹਰ ਵਰਤਾਰੇ ਵਾਹਿਗੁਰੂ ਜੀ ਦਾ ਮਿੱਠਾ ਲੱਗਦਾ ਹੈ ਪ੍ਰਭ ਕਾ ਕੀ ਜਨ ਮਿੱਠ ਲਗਾਣਾ ਜੈ ਸਾ ਸਤੈ ਸਾ ਦ੍ਰਿਸ਼ਟਾਨਾ ਫਿਰ ਵਾਹਿਗੁਰੂ ਜੀ ਜਿਸ ਵਰਤਾਰੇ ਵਿੱਚ ਜਿਸ ਤਰ੍ਹਾਂ ਦਾ ਬਣ ਕੇ ਆਉਂਦੇ ਨੇ ਉਸ ਤਰ੍ਹਾਂ ਦਾ ਉਹਨਾਂ ਸਮਝ ਲੈਂਦੇ ਨੇ ਦਿਸ ਜਾਂਦਾ ਉਹਨਾਂ ਨੂੰ ਕਿ ਵਾਹਿਗੁਰੂ ਜੀ ਹੁਣ ਇਸ ਵਰਤਾਰੇ ਵਿੱਚ ਇਸ ਰੂਪ ਵਿੱਚ ਮੈਨੂੰ ਸਿਖਾ ਰਹੇ ਨੇ ਇਸ ਵਰਤਾਰੇ ਵਿੱਚ ਇਸ ਤਰ੍ਹਾਂ ਸਿਖਾ ਰਹੇ ਨੇ ਇਸ ਲਈ ਸਹਿਯੋਗ ਦੇਣ ਵਾਲੇ ਵਰਤਾਰਿਆਂ ਵਿੱਚੋਂ ਵੀ ਰੱਬ ਨੂੰ ਦੇਖਦੇ ਨੇ विरोध करने वाले वर्तारां ਵਿੱਚੋਂ ਵੀ ਰੱਬੀ ਬਖਸ਼ਿਸ਼ਾਂ ਸ਼ਕਤੀਆਂ ਨਿਜ਼ਮਾ ਨੂੰ ਦੇਖਦੇ ਨੇ ਜਿਸ ਤੇ ਉਪਜੇ ਤਿਸਮਾ ਹੈ ਸਮਾਏ ਉਹ ਜਿਹਦੇ ਤੋਂ ਪੈਦਾ ਹੋਏ ਨੇ ਉਸ ਪਿਆਰੇ ਵਿੱਚ ਸਮਾਏ ਰਹਿੰਦੇ ਨੇ ਕੋਈ ਸੁਖ ਨੇ দান ਉਹਨੂੰ ਬਣ ਆਏ ਉਹਨਾਂ ਦੇ ਅੰਦਰ ਸੁੱਖਾਂ ਦਾ ਖਜ਼ਾਨਾ ਹੈ ਉਹਨਾਂ ਦੇ ਅੰਦਰ ਹੀ ਬਣਦਾ ਹੈ ਜੋ ਵਾਗਰੀ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ ਹਰ ਇੱਕ ਦੇ ਅੰਦਰ ਆਨੰਦ ਰਸ ਦਾ ਖਜ਼ਾਨਾ ਨਹੀਂ ਹਰ ਇੱਕ ਦੇ ਅੰਦਰ ਸੰਤੁਸ਼ਟੀ ਦਾ ਖਜ਼ਾਨਾ ਨਹੀਂ ਹਰ ਇੱਕ ਦੇ ਅੰਦਰ ਸਬਰ ਸੰਤੋਖ ਦਾ ਖਜ਼ਾਨਾ ਨਹੀਂ ਨੋਟ ਕਰਿਓ ਸਬਰ ਸੰਤੋਖ ਦੀ ਅੰਸ਼ ਹਰ ਇੱਕ ਦੇ ਅੰਦਰ ਹੈ ਥੋੜਾ ਜਿਹਾ ਫਰਕ ਹੈ ਅੰਸ਼ ਹਰ ਇੱਕ ਦੇ ਅੰਦਰ ਹੈ ਉਹਨੂੰ ਵਰਤਦੇ ਨਹੀਂ ਵਰਤਨ ਨਾ ਕਰਕੇ ਲੋਭ ਲਾਲਚ ਦੇ ਪਿੱਛੇ ਭੱਜੇ ਨੂੰ ਕਰਕੇ ਉਹ ਖਜ਼ਾਨਾ ਨਹੀਂ ਬਣਦਾ ਜਿਹੜੇ ਵਰਤਦੇ ਨੇ ਉਹਨਾਂ ਦੇ ਅੰਦਰ ਖਜ਼ਾਨਾ ਬਣ ਜਾਂਦਾ ਓਹ ਉਹਨਾਂ ਨੂੰ ਬੰਨ੍ਹਦੇ ਨਹੀਂ ਆਖੋ ਵਾਗਿ ਆਪਸ ਕੋ ਆਪ ਦਿਨੁ ਮਾਨ ਵਾਹਿਗੁਰੂ ਦੀ ਆਪਣੀ ਬਖਸ਼ਿਸ਼ ਆਪਣਾ ਮਾਨ ਸਨਮਾਨ ਆਪਣੇ ਆਨੂੰ ਆਪ ਹੀ ਦਿੰਦੇ ਨੇ ਜਿਹੜੇ ਚਾਕਰ ਬਣ ਜਾਂਦੇ ਨੇ ਉਹਨਾਂ ਤੇ ਨਿਹਾਲ ਹੋ ਜਾਂਦੇ ਨੇ ਵਾਹਿਗੁਰੂ ਨਾਨਕ ਪ੍ਰਭ ਜਨ ਇੱਕੋ ਜਾਨ ਇਹ ਨਾਨਕ ਜੀ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਦੇ ਚਾਕਰ ਉਹਨਾਂ ਨੂੰ ਇੱਕੋ ਹੀ ਸਮਝ ਕਿਉਂਕਿ ਇੱਕਮਿਕ ਹੋਏ ਹੁੰਦੇ ਨੇ ਗੁਰ ਦੇ ਚਾਕਰ ਗੁਰੂ ਵਿੱਚ ਸਮਾ ਜਾਂਦੇ ਨੇ ਤੇ ਗੁਰੂ ਸਾਹਿਬ ਦੀਆਂ ਬਖਸ਼ਾਓ ਉਹਦੇ ਵਿੱਚ ਸਮਾਈਆਂ ਹੁੰਦੀਆਂ ਨੇ। ਰੱਬ ਦੇ ਚਾਕਰ ਰੱਬ ਵਿੱਚ ਸਮਾਏ ਰਹਿੰਦੇ ਨੇ ਤੇ ਰੱਬ ਉਹਨਾਂ ਵਿੱਚ ਸਮਾਇਆ ਹੁੰਦਾ ਹੈ। ਉਹ ਇੱਕਮਿਕ ਹੋਏ ਹੁੰਦੇ ਨੇ ਸਮਝ ਲੈ। ਸਤਿ ਸ਼ਲੋਕ 15ਵੀਂ ਅਸਪਦੀ ਸ਼ੁਰੂ ਹੋ ਰਹੀ ਹੈ। 15ਵੀਂ ਅਸਪਦੀ ਦੇ ਨਾਲ ਪਹਿਲਾ ਇਹ ਸ਼ਲੋਕ ਹੈ। ਹਰ ਅਸਪਦੀ ਦੇ ਨਾਲ ਸ਼ਲੋਕ ਨੇ ਸਰਬ ਕਲਾ ਭਰਪੂਰ ਪ੍ਰਭ ਮਿਰਥਾ ਜਾਨਨ ਹਾਰ। ਵਾਹਿਗੁਰੂ ਸੱਚੇ ਪਾਤਸ਼ਾਹ। ਕਲਾ ਬਣ ਕੇ ਸ਼ਕਤੀਆਂ ਬਣ ਕੇ ਹਰ ਥਾਂ ਤੇ ਸਮਾਏ ਹੋਏ ਨੇ ਸੌਖਾ ਸਮਝਾਉਂਦੀ ਹੈ ਕੁਦਰਤ ਵਿੱਚੋਂ ਬੂਟਿਆਂ 'ਚ ਰੰਗ ਕਿਹਨਾਂ ਪਰ ਜਾਂਦਾ ਹੈ ਕਲਾ ਬਣ ਕੇ ਵਿੱਚ ਬੈਠਾ ਹੈ ਬੀਜ ਵਿੱਚ ਵੀ ਹੈ ਹਵਾ ਵਿੱਚ ਵੀ ਹੈ ਮੌਸਮ ਵਿੱਚ ਵੀ ਹੈ ਪਾਣੀ ਵਿੱਚ ਵੀ ਹੈ ਉਹ ਬੂਟੇ ਵਿੱਚ ਵੀ ਹੈ ਵਾਹਿਗੁਰੂ ਜੀ ਸਾਡੇ ਅੰਦਰ ਨੇ ਸਾਡੇ ਅੰਦਰ ਹਰ ਤਰ੍ਹਾਂ ਦੀ ਕਲਾ ਹੈ ਜਿਹੜੀ ਕਲਾ ਨੂੰ ਖੁਰਾਕ ਮਿਲੇਗੀ ਕਲਾ ਪ੍ਰਗਟ ਹੋ ਜਾਏਗੀ ਨਹੀਂ ਸੁੱਤੀ ਰਹੇਗੀ ਜਿਨੇ ਕਦੀ ਕੀਰਤਨ ਨਹੀਂ ਕੀਤਾ ਉਹ ਕੀਰਤਨ ਸਿੱਖਣ ਦੇ ਖੁਰਾਕ ਦੇ ਸਿੱਖਣ ਲੱਗ ਜਾਵੇ ਮਿਹਨਤ ਕਰੇ ਕਲਾ ਅੰਦਰ ਉਹ ਜਾਗ ਪਵੇਗੀ ਹਰ ਤਰ੍ਹਾਂ ਦੀ ਕਲਾ ਬਣ ਕੇ ਉਹ ਹਰ ਥਾਂ ਤੇ ਸਮਾਏ ਹੋਏ ਨੇ ਸਾਡੇ ਅੰਦਰ ਵੀ ਸਮਾਏ ਹੋਏ ਨੇ ਸਾਡੇ ਅੰਦਰਲੀ ਵਿਰਥਾ ਜਾਣਦੇ ਨੇ ਜਦ ਮਨ ਟੁੱਟ ਜਾਂਦਾ ਨਾਲ ਢੇਰੀਆਂ ਤਾਂ ਆ ਜਾਂਦਾ ਤੇ ਲੱਗਦਾ ਹੁਣ ਤਾਂ ਇਹਦੂ ਤਾਂ ਮਰੇ ਹੀ ਚੰਗਾ ਇਹਦਾ ਮਨ ਨੂੰ ਲੱਗਦਾ ਮੇਰਾ ਕੋਈ ਨਹੀਂ ਮੇਰਾ ਸੁਣਨ ਵਾਲਾ ਕੋਈ ਨਹੀਂ ਉਹ ਤੇਰੀ ਵਸਥਾਨੁ ਤੇਰੀ ਬਿਰਥਾ ਨੂੰ ਜਾਣਨ ਹਾਰਨੇ ਜਦੋਂ ਤੈਨੂੰ ਲੱਗਦਾ ਮੈਨੂੰ ਸੁਣਨ ਵਾਲਾ ਕੋਈ ਨਹੀਂ ਫਿਰ ਰੱਬ ਆਪ ਬੋੜਦਾ ਹੈ ਕਹਿੰਦਾ ਸੁਣਾ ਲਾ ਜਿੰਨਾ ਮਰਜੀ ਉਹ ਸਹਜ ਵਿੱਚ ਅਡੋਲਤਾ ਵਿੱਚ ਸੁਣਾ ਲਾ ਤੂੰ ਜਿੱਦਾਂ ਮਰਜੀ ਸੁਣਾ ਦੁਖੀ ਹੋ ਕੇ ਸੁਣਾ ਸੰਤੋਸ਼ਟ ਹੋ ਕੇ ਸੁਣਾ ਤੂੰ ਖਿਜ ਕੇ ਸੁਣਾ ਲਾ ਜਿੱਦਾਂ ਮਰਜੀ ਸੁਣਾ ਲਾ ਸੁਣਾ ਹੁਣ ਫਿਰ ਜਦੋਂ ਮਨ ਖਿਜ ਕੇ ਸੁਣਾ ਦਿੰਦਾ ਏ ਫਿਰ ਪਛਤਾਵਾ ਜਾ ਕੇ ਦੈਂ ਮੈਂ ਚਿੜਕਾ ਮਾਰ ਦਿੱਤੀ ਆ ਤੇਰੀ ਆ ਸਮਝ ਸਮਝੋ ਦੇ ਕਥਕਾਂ ਨੂੰ ਤੇਰੀ ਬਿਰਤਾਂ ਨੂੰ ਜਾਣਨ ਹਰ ਹੈ ਜਾ ਕੇ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਦੇ ਨਾਲ ਹੀ ਬਚਿਆ ਜਾ ਸਕਦਾ ਉਦੇ ਪ੍ਰੇਮ ਰਸਤੀਆਂ ਬੁੰਦਾ ਨਾਲ ਹੀ ਬਚਿਆ ਜਾ ਸਕਦਾ ਹੈ ਉਹਦੇ ਤੋਂ ਬਿਲੇ ਹਾਰ ਜਾਈਏ ਇਹ ਨਾਨਕ ਜੀ ਸਭ ਤੋਂ ਉੱਤਮ ਵੈਲਿਊ ਵਾਹਿਗੁਰੂ ਜੀ ਦੀ ਗੁਰੂ ਸਾਹਿਬ ਦੀ ਹੈ ਕੁਰਬਾਨ ਜਾਈਏ ਫਰੀ ਡੈਡੀਕੇਟਡ ਹੋਈਏ ਅਗੋਂ 15ਵੀਂ ਅਸਟਪਦੀ ਸ਼ੁਰੂ ਹੋ ਰਹੀ ਹੈ ਅਸਟਪਦੀ ਟੁੱਟੀ ਗੰਨਨ ਹਾਰ ਗੋਪਾਲ ਮਨ ਅੰਦਰਲੀ ਸੰਤੁਸ਼ਟੀ ਤੋਂ ਸਬਰ ਤੋਂ ਟੁੱਟਦਾ ਏ ਲੋਭ ਲਾਲਚ ਨਾਲ ਜੁੜ ਜਾਂਦਾ ਹੈ ਵਾਹਿਗੁਰੂ ਜੀ ਇਸ ਤੋਂ ਤੀਨੂ ਗੰਢਨ ਹਾਰ ਨੇ ਗੋਪਾਲ ਨੇ ਪ੍ਰithvi ਦੇ ਪਾਲਨ ਹਾਰ ਨੇ ਤੇਰਾ ਮਨ ਅੰਦਰਲੇ ਸੁਖ ਤੋਂ ਟੁੱਟ ਕੇ ਚਿੰਤਾਵਾਂ ਨਾਲ ਜੁੜ ਜਾਂਦਾ ਹੈ ਉਹ ਟੁੱਟੀ ਗੰਢਨ ਹਾਰ ਹੈ ਉਹ ਬੜਦਾ ਹੈ ਤੈਨੂੰ ਚਿੰਤਾਵਾਂ ਤੋਂ ਤੋੜ ਕੇ ਸੰਤੁਸ਼ਟੀ ਵਾਲੇ ਹੌਨ ਲਈ ਵਰਤਾਰੇ ਵਰਤੌਂਦਾ ਹੈ ਤੇਰੇ ਅੰਦਰ ਖਿੱਚ ਵੀ ਬਣਦੀ ਹੈ ਖਿੱਚ ਘਟ ਵੀ ਜਾਂਦੀ ਹੈ ਕਦੀ ਕਦੀ ਖਿੱਚ ਟੁੱਟ ਵੀ ਜਾਂਦੀ ਹੈ ਟੁੱਟ ਜਾਂਦੀ ਐ ਫਿਰ ਗੰਨਨ ਹਾਰ ਹੈ ਗੰਢ ਦਾ ਵਰਤਾਰੇ ਤਾਂ ਸਮਝ ਸਰਬ ਜੀਆ ਆਪੇ ਪ੍ਰਤਪਾਲ ਸਾਰੇ ਜੀਵ ਉਹਦੇ ਨੇ ਉਹ ਆਪ ਹੀ ਪ੍ਰਤਪਾਲਨਾ ਕਰਦੇ ਨੇ ਵਾਹਿਗੁਰੂ ਜੀ ਸਗਲ ਕੀ ਚਿੰਤਾ ਜਿਸ ਮਨ માં ਹੈ ਵਾਹਿਗੁਰੂ ਜੀ ਦੇ ਮਨ ਵਿੱਚ ਸਾਰਿਆਂ ਦੀ ਚਿੰਤਾ ਉਹ ਸਾਰਿਆਂ ਦਾ ਫਿਕਰ ਕਰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਚਿੰਤਾ ਨਾ ਕਰਿਆ ਕਰ ਚਿੰਤਨ ਕਰਿਆ ਕਰ ਉਹਨੂੰ ਸਮਝਿਆ ਕਰ ਉਹਦੇ ਵਰਤਾਰਾ ਨੂੰ ਯਾਦ ਰੱਖਿਆ ਕਰ ਇਸ ਤੇ ਵਰਤਾਕੋਈ ਨਹੀਂ ਹੈ ਵਾਹਿਗੁਰੂ ਜੀ ਤੇ ਖਾਲੀ ਕੋਈ ਨਹੀਂ ਉਹਦੇ ਨਿਜ਼ਮ ਤੋਂ ਖਾਲੀ ਕੋਈ ਨਹੀਂ ਉਹਦੇ ਗੁਣਾਂ ਤੋਂ ਖਾਲੀ ਕੋਈ ਨਹੀਂ ਉਹਦੀ ਗੁਣ ਉਹਦੀ ਬਖਸ਼ਿਸ਼ ਉਹਦੀ ਕਲਾ ਸਾਡੇ ਅੰਦਰ ਹੈ ਸਾਨੂੰ ਜਗਾਉਣੀ ਨਹੀਂ ਨਹੀਂ ਆਈ ਜਗਾਉਣ ਵਾਸਤੇ ਮਾਹੌਲ ਨਹੀਂ ਬਣਾਉਣਾ ਆ ਰੇ ਮਨ ਮੇਰੇ ਸਦਾ ਹਰਿ ਜਾਪ ਐ ਮੇਰੇ ਮਨਾ ਹਰ ਵੇਲੇ ਉਹਦੇ ਨਿਜ਼ਮ ਨੂੰ ਫੋਲੋ ਕਰ ਰੱਬੀ ਉਪਦੇਸ਼ ਅਨੁਸਾਰ ਜੀਵਨ ਜਿਉਂ ਉਦੀ ਮਿੱਠੀ ਮਿੱਠੀ ਯਾਦ ਨੇ ਸਿਮਰਨ ਰਾਸ ਪਾਵਨੀ ਵੇਜਿਓ ਤਾਂ ਕਿ ਤੇਰਾ ਜੀਵਨੀ ਜਪ ਬਣ ਜਾਵੇ ਆ ਬినాਸ਼ੀ ਪ੍ਰਭ ਆਪੇ ਆਪ ਉਸ ਦੀ ਵੀ ਹੈ ਬినాਸ਼ ਤੋਂ ਰਹਿਤ ਆ ਬినాਸ਼ੀ ਸਦੀਵੀ ਹੈ ਪ੍ਰਭ ਆਪ ਹੀ ਆਪ ਹੈ ਹਰ ਥਾਂ ਤੇ ਆਪਨ ਕੀ ਆ ਕਛੂ ਨਾ ਹੋਏ ਸਾਡੇ ਯਤਨਾਂ ਨਾਲ ਕੁਛ ਨਹੀਂ ਹੋਣਾ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾ ਜੋ ਹੋ ਰਿਹਾ ਉਹਦੀ ਬਖਸ਼ਿਸ਼ ਨਾਲ ਹੋ ਰਿਹਾ ਜੇ ਸਭ ਪ੍ਰਾਣੀ ਲੋਚੈ ਕੋਈ ਜੇ ਪ੍ਰਾਣੀ ਸੌ ਵਾਰੀ ਵੀ ਲੋਚਦਾ ਹੈ ਨਾ ਐਦਾਂ ਕਰ ਲਾਂ ਐਦਾਂ ਕਰ ਲਾਂ ਰਿਜ਼ਲਟ ਇਹਦੇ ਆਪਣੇ ਹੱਥ ਵਿੱਚ ਨਹੀਂ ਤੇ ਸਿਰੇ ਨਾ ਹੀ ਤੇਰਾ ਕਿਛ ਕੰਮ ਰਿਜ਼ਲਟ ਵਾਇਗਰੂ ਜੀ ਦੇ ਹੱਥ ਵਿੱਚ ਹੈ ਵਾਇਗਰੂ ਜੀ ਤੋਂ ਬਿਨਾ ਤੇਰਾ ਕੋਈ ਕਾਰਜਰਾਸ ਨਹੀਂ ਆ ਸਕਦਾ ਰਿਜ਼ਲਟ ਦਾ ਫਿਕਰ ਨਾ ਕਰ ਜ਼ਿੰਮੇਵਾਰੀਆਂ ਨਿਭਾ ਫਿਊਚਰ ਰਿਜ਼ਲਟ ਫਿਊਚਰ ਵਿੱਚ ਹੁੰਦਾ ਹੈ ਮਿਹਨਤ ਪ੍ਰੈਜ਼ੈਂਟ ਵਿੱਚ ਹੁੰਦੀ ਹੈ ਪਛਤਾਵੇ ਦੀਆਂ ਘਟਨਾਵਾਂ ਪਾਸਟ ਵਿੱਚ ਹੁੰਦੀਆਂ ਨੇ ਪਾਸਟ ਦੇ ਪਛਤਾਵੇ ਵਿੱਚ ਨਾ ਚੁਰ ਫਿਊਚਰ ਦੀ ਚਿੰਤਾ ਵਿੱਚ ਨਾ ਜਿਉਂ ਪ੍ਰੈਜੈਂਟ ਵਿੱਚ ਜਿਉਣਾ ਸਿੱਖ ਆਨੰਦੀ ਆਨੰਦ ਹੈ ਕਿਉਂ ਫਿਊਚਰ ਦਾ ਫਿਕਰ ਕਰਦਾ ਹੈ ਰਿਜ਼ਲਟ ਤਾਂ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਇਸ ਵਿੱਚ ਨਾ ਹੀ ਤੇਰਾ ਕਿਛ ਕੰਮ ਉਹਨੇ ਕਾਰਜ ਰਾਸ ਕਰਨੇ ਨੇ ਉਹ ਦਿਆਲੂ ਹੈ ਕਿਰਪਾਲੂ ਹੈ ਤੇਰੇ ਲਈ ਬਹੁੜਦਾ ਹੈ ਵਰਤਾਰਿਆਂ ਨੂੰ ਸਮਝ ਗਤ ਨਾਨਕ ਜਾਪ ਏਕ ਹਰਨਾਮ ਏ ਨਾਨਕ ਜੀ ਜਦੋਂ ਉਹਦੇ ਗਿਆਨ ਰੂਪੀ ਨਾਮ ਨੂੰ ਕੋਈ ਜਪਦਾ ਹੈ ਭਾਵ ਜਿੰਦਗੀ 'ਚ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ ਜਦੋਂ ਧਿਆਨ ਰੂਪੀ ਨਾਮ ਨੂੰ ਹਰ ਮੇਲੇ ਜਪਦਾ ਹੈ ਉਹਦੀ ਮਿੱਠੀ ਮਿੱਠੀ ਯਾਦ ਭੈ ਪਾਵਨੀ ਵਿੱਚ ਜਿਉਂਦਾ ਹੈ ਉਹਦੀ ਅਵਸਥਾ ਉਹਦੀ ਸੋਚ ਉਹਦਾ ਸੁਭਾਅ ਉੱਚਾ ਹੋ ਜਾਂਦਾ ਹੈ ਉਹਦੇ ਨਿਸ਼ਾਨੇ ਵੱਡੇ ਹੋ ਜਾਂਦੇ ਨੇ ਉਹ ਆਪਣੇ ਲਈ ਨਹੀਂ ਦੂਜਿਆਂ ਲਈ ਜਿਉਂਦੇ ਨੇ ਉਹ ਪਰਉਪਕਾਰੀ ਹੁੰਦੇ ਨੇ ਰੂਪਵੰਤ ਹੋਏ ਨਾਹੀ ਮੋਹ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜਿਹਦੇ ਤੇ ਬਖਸ਼ਿਸ਼ ਕਰਦੇ ਨੇ ਉਹ ਉਹਦੇ ਪਿਆਰ ਵਿੱਚ ਪਿੱਜੇ ਰਹਿੰਦੇ ਨੇ ਉਹ ਰੂਪਵੰਤ ਹੈ ਸੁੰਦਰ ਸਰੂਪ ਹੈ ਉਹਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ ਹੈ ਉਹ ਬਹੁਤ ਪਿਆਰਾ ਲੱਗਦਾ ਹੈ ਉਹਨੂੰ ਦੁਨੀਆ ਨਹੀਂ ਮੋਹ ਸਕਦੀ ਰੱਬ ਦੀ ਜੋਤ ਸਗਲ ਕੱਠਸੋ ਹੈ ਉਹਦੀ ਜੋਤ ਤਾਂ ਸਾਰੇ ਸਰੀਰਾਂ ਵਿੱਚ ਸਮਾਈ ਹੋਈ ਹੈ ਪਰ ਮਨੁੱਖ ਮੋ ਵਿੱਚ ਫਸਿਆ ਹੋਇਆ ਹੈ ਉਹ ਰੱਬ ਦੇ ਪ੍ਰੇਮ ਰਸ ਵਿੱਚ ਉਹ ਨਹੀਂ ਜਿਉ ਰਿਹਾ ਜਿਨ੍ਹਾਂ ਦੁਨੀਆ ਦੇ ਪ੍ਰੇਮ ਰਸ ਵਿੱਚ ਜਿਉ ਰਿਹਾ ਹੈ ਉਹਦੇ ਵਿੱਚ ਹੰਕਾਰ ਵਿੱਚ ਆ ਜਾਂਦਾ ਹੈ ਲੋਭ ਲਾਲਚ ਵਿੱਚ ਆ ਜਾਂਦਾ ਹੈ ਹੁਣ ਸਤਿਗੁਰੂ ਜੀ ਦੱਸ ਰਹੇ ਨੇ ਧਨਵੰਤਾ ਹੋਏ ਕਿਆ ਕੋ ਗਰਬ ਹੈ ਕੋਈ ਆਪਣੇ ਆਪ ਨੂੰ ਧਨਵੰਤਾ ਕਿਉਂ ਸਮਝ ਰਿਹਾ ਹੈ ਜ਼ਮੀਰ ਕਿਉਂ ਸਮਝ ਰਿਹਾ ਹੈ ਅਮੀਰੀ ਦੇ ਹੰਕਾਰ ਵਿੱਚ ਕਿਉਂ ਹੈ ਜਾਨ ਸਭ ਕੁਛ ਤੇ ਸਕਾ ਦੀ ਆਦਰਬ ਤੇਰੇ ਕੋਲ ਜੋ ਕੁਝ ਦਿੱਤਾ ਉਹ ਰੱਬ ਨੇ ਦਿੱਤਾ ਉਹ ਹੰਕਾਰ ਕਰਦਾ ਹੈ ਪੈਸੇ ਦਾ ਪ੍ਰਾਪਰਟੀ ਦਾ ਜਿਸ ਪੈਸੇ ਪ੍ਰਾਪਰਟੀ ਦਾ ਹੰਕਾਰ ਕਰ ਰਿਹਾ ਉਸ ਪੈਸੇ ਪ੍ਰਾਪਰਟੀ ਨੇ ਤੇਰੇ ਘਰ ਵਿੱਚ ਤਖ ਲਾਰੇ ਪਾਏ ਹੋਏ ਨੇ ਬੱਚਿਆਂ ਦੀ ਜ਼ਿੰਦਗੀ ਵਿੱਚ ਖਲਾਰੇ ਪਾਏ ਹੋਏ ਨੇ ਸਵਾਰਿਆ ਉਸ ਨੇ ਕੁਝ ਵੀ ਨਹੀਂ ਤੂੰ ਉਸੇ ਨੂੰ ਸਭ ਕੁਝ ਮੰਨੀ ਬੈਠਾ ਹੈ ਇਸ ਤਰ੍ਹਾਂ ਰੱਬ ਦਾ ਦਿੱਤਾ ਹੋਇਆ ਤੇਰੇ ਚ ਸ਼ੁਕਰਾਨਾ ਨਹੀਂ ਆਇਆ ਨਿਮਰਤਾ ਨਹੀਂ ਆਈ ਰੱਬ ਨੂੰ ਸਮਰਪਿਤ ਹੋ ਕੇ ਜਿਉਣਾ ਨਹੀਂ ਆਇਆ ਭੁੱਲ ਗਏ ਪਿਆਰਿਆ ਮੋਹਿਆ ਗਿਆ ਕਿਸੇ ਹੋਰ ਪਾਸੇ ਇਸੇ ਤਰ੍ਹਾਂ ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋਈ ਆਪਣੇ ਆਪ ਨੂੰ ਸੂਰਮਾ ਹੋ ਕੇ ਆਪਣੇ ਸੂਰਮ ਗਤੀ ਤੇ ਹੰਕਾਰ ਕਰਦਾ ਉਹਨੂੰ ਇਹ ਨਹੀਂ ਪਤਾ ਤੂੰ ਜਿਹੜੀ ਸੂਰਮ ਗਤੀ ਤੇ ਹੰਕਾਰ ਕਰਦਾ ਹੈ ਤਾਂ ਰੱਬ ਦੀ ਦਿੱਤੀ ਹੋਈ ਕਲਾ ਹੈ ਰੱਬ ਦੀ ਦਿੱਤੀ ਹੋਈ ਸ਼ਕਤੀ ਹੈ ਨਾ ਸਮਝਿਆ ਮੋਇਆ ਗਿਆ ਦੂਜੇ ਪਾਸੇ ਠੱਗਿਆ ਗਿਆ ਮਨ ਪਤਾ ਨਹੀਂ ਕਿਧਰ ਨੂੰ ਧਾਰ ਰਿਹਾ ਕਿਧਰ ਨੂੰ ਭਜ ਰਿਹਾ ਪਤਾ ਨਹੀਂ ਤੇਰੇ ਮਨ ਦੀ ਦਿਸ਼ਾ ਕਿਧਰ ਨੂੰ ਹੋ ਗਈ ਹੈ ਜਿੰਨਾ ਪੈਸੇ ਪ੍ਰਾਪਰਟੀ ਨੂੰ ਤਰਜੀਹ ਦਿੱਤੀ ਉਹ ਤਦਾਤੀ ਦਾ ਵਿਆਹ ਕਰਨਾ ਹੈ ਕੇਵਲ ਪੈਸਾ ਪ੍ਰਾਪਰਟੀ ਦੇਖਣਾ ਹੈ ਜੋ ਕੁਝ ਵੀ ਕਰਨਾ ਹੈ ਪੈਸੇ ਪ੍ਰਾਪਰਟੀ ਨੂੰ ਤਰਜੀਹ ਦਿੱਤੀ ਉਹ ਹੰਕਾਰ ਵਿੱਚ ਆ ਕੇ ਸਾਰੀ ਆਪਣੀ ਜ਼ਿੰਦਗੀ ਤੇ ਪਰਿਵਾਰ ਵਿੱਚ ਖਿਲਾਰੇ ਪਾ ਬੈਠਦੇ ਨੇ ਉਹ ਆਪਣੀਆਂ ਰੱਬ ਦੀਆਂ ਦਿੱਤੀਆਂ ਸ਼ਕਤੀਆਂ ਰੱਬ ਦੀ ਦਿੱਤੀ ਕਲਾ ਤੇ ਹੰਕਾਰ ਕਰ ਬੈਠਦੇ ਨੇ ਉਹਨਾਂ ਨੂੰ ਸਮਝ ਨਹੀਂ ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਰ ਜਾਣੇ ਗਵਾਰ ਕੋਈ দান ਕਰਕੇ ਆਪਣੇ ਆਪ ਨੂੰ ਮਦਦਾਨ ਕਰ ਰਿਹਾ ਆ ਕਹਿੰਦੇ ਆ ਮੈਂ ਉਹਦੀ سپورਟ ਕੀਤੀ ਉਹਦੀ سپورਟ ਕੀਤੀ ਕਹਿੰਦੇ ਆ ਤੇਰੇ ਕੋਲ ਆਪਣਾ ਹੈ ਵੀ ਕੀ ਹੈ ਤਾਂ ਸਭ ਦੇਵਨ ਹਾਰ ਦਾ ਦਿੱਤਾ ਹੋਇਆ ਗਵਾਰ ਯਾਨਾਂ ਗਵਾਰੋ ਤਾਂ ਮੂਰਖ ਹੈ ਰਬਦੀਆਂ ਦਿੱਤੀਆਂ ਦਾਤਾ ਨੂੰ ਕਿਸੇ ਨੂੰ ਦੇਖ ਕੇ ਬੜਾ ਹੰਕਾਰ ਕਰ ਰਿਹਾ ਹੈ ਕਹਿੰਦੇ ਨੇ ਇੱਕ ਵਾਰੀ ਇੱਕ ਬਾਦਸ਼ਾਹ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਸਰਦੀਆਂ ਆ ਗਈਆਂ ਨੇ ਮੈਂ ਚਾਹੁੰਨਾ ਮੇਰੇ ਰਾਜ ਵਿੱਚ ਕੋਈ ਗਰੀਬ ਵਿਚਾਰਾ ਸਰਦੀ ਚ ਦੁਖੀ ਨਾ ਹੋਵੇ ਆਪਾਂ ਗਰੀਬਾਂ ਨੂੰ ਕੰਬਲ ਵੰਡ ਦਈਏ ਵਜ਼ੀਰ ਕਹਿਣ ਲੱਗਾ ਬੜੀ ਕਮਾਲ ਦੀ ਚੀਜ਼ ਹੈ ਤਾਂ ਚੰਗਾ ਕਰਮ ਹੈ ਪ੍ਰਬੰਧ ਹੋ ਗਿਆ ਗਰੀਬਾਂ ਨੂੰ ਸਦ ਲਿਆ ਦਰਬਾਰ ਲੱਗ ਗਿਆ ਉਵਜ਼ੀਰ ਕੰਬਲ ਫੜਾਉਂਦਾ ਹੈ ਬਾਦਸ਼ਾਹ ਕੰਬਲ ਦੇਈ ਜਾ ਰਿਹਾ ਹੈ ਬਾਦਸ਼ਾਹ ਜਦੋਂ ਗਰੀਬ ਨੂੰ ਕੰਬਲ ਦਿੰਦਾ ਨੀਮੀ ਪਾ ਲੈਂਦਾ ਵਜ਼ੀਰ ਇਸ਼ਾਰਾ ਕਰਦਾ ਹੈ ਬਾਦਸ਼ਾਹ ਪ੍ਰਾਊਡ ਫੀਲ ਕਰ ਚੰਗਾ ਕੰਮ ਹੈ ਇਹਦਾ ਨੀਮੀ ਕਿਉਂ ਪਾ ਰਿਹਾ ਹੈ ਸ਼ਰਮਿੰਦਗੀ ਚ ਕਿਉਂ ਹੈ ਇਦਾਂ ਕੰਬਲ ਵੰਡੀ ਗਿਆ ਜਦੋਂ ਵਾਪਸ ਆਏ ਵਜ਼ੀਰ ਪੁੱਛਦਾ ਹੈ ਤੇ ਬੜਾ ਉਤਮ ਕਾਰਜ ਸੀ ਤੁਸੀਂ ਇਦਾਂ ਸ਼ਰਮਿੰਦਗੀ ਵਾਲੀ ਨਿਮੋਸ਼ੀ ਜੀ ਹਾਲਤ ਵਿੱਚ ਕਿਉਂ ਸੀ ਅੱਜ ਨੀਮੀ ਕਿਉਂ ਪਾ ਲੈਂਦੇ ਸੀ ਬਾਦਸ਼ਾਹ ਕਹਿਣ ਲੱਗਾ ਜਦੋਂ ਮੈਂ ਦੇ ਰਿਹਾ ਸੀ ਗਰੀਬਾਂ ਨੂੰ ਮੈਨੂੰ ਮਹਿਸੂਸ ਹੋ ਰਿਆ ਸੀ ਇਹ ਮੇਰਾ ਨਹੀਂ ਹੈ ਰੱਬ ਦਾ ਦਿੱਤਾ ਹੋਇਆ ਕੋਈ ਕਿਸੇ ਨੂੰ ਕੁਝ ਵੰਡੋ ਚਾਹੇ ਕਿਸੇ ਨੂੰ ਪੈਸੇ ਨਾਲ ਸਪੋਰਟ ਕਰੋ ਚਾਹੇ ਕਿਸੇ ਦੀ ਤਾਨ ਮਨ ਧਨ ਕਰਕੇ ਸਪੋਰਟ ਕਰੋ ਚਾਹੇ ਕਿਸੇ ਨੂੰ ਗਿਆਨ ਵੰਡੋ ਚਾਹੇ ਕਿਸੇ ਨੂੰ ਖੁਸ਼ੀ ਵੰਡੋ ਉਹਦਾ ਹੰਕਾਰ ਨਹੀਂ ਕਰਨਾ ਕਿਉਂਕਿ ਸਾਡੇ ਕੋਲ ਆਪਣਾ ਕੁਝ ਵੀ ਨਹੀਂ ਆਪਾਂ ਤਾਂ ਵਾਹਿਗੁਰੂ ਤੋਂ ਲੈ ਕੇ ਗੁਰੂ ਤੋਂ ਲੈ ਕੇ ਅੱਗੇ ਵੰਡ ਰਹੇ ਹਾਂ ਇਸ ਲਈ ਜੇ ਕੋਈ ਹੰਕਾਰ ਕਰਦਾ ਇਸ ਦੇਨ ਹਾਰ ਜਾਣਾਗਾ ਬਰ ਮੂਰਖ ਉਸ ਨੂੰ ਸਮਝ ਜਿਨੇ ਤੈਨੂੰ ਦਿੱਤਾ ਹੈ ਦੇ ਕੇ ਹੰਕਾਰ ਨਾ ਕਰ ਜੇ ਤੂੰ ਨਿਮਰਤਾ ਵਿੱਚ ਆਏਗਾ ਸਹਿਜ ਵਿੱਚ ਆਏਗਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇਗਾ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਉਹਨਾਂ ਦੇ ਅੰਦਰ ਹਉਮੈ ਦਾ ਰੋਗ ਮਿਟ ਜਾਂਦਾ ਹੈ ਇਹ ਨਹੀਂ ਹੁੰਦਾ ਕਿ ਉਹਨਾਂ ਕੋਲ ਕੁਝ ਕਿੰਨੀ ਹੈ ਉਹਨਾਂ ਨੂੰ ਵਾਹਿਗੁਰੂ ਜੀ ਨੇ ਬਹੁਤ ਦਾਤਾਂ ਦਿੱਤੀਆਂ ਹੁੰਦੀਆਂ ਹਨ। ਉਹਨਾਂ ਦੇ ਕੋਲ ਅਮੀਰੀ ਵੀ ਹੁੰਦੀ ਹੈ। ਉਹਨਾਂ ਦੇ ਕੋਲ ਰੱਬ ਦੀਆਂ ਬੇਅੰਤ ਦਾਤਾਂ ਹੁੰਦੀਆਂ ਨੇ। ਗਿਆਨ ਵੀ ਹੁੰਦਾ ਹੈ, ਗੁਣ ਵੀ ਹੁੰਦਾ ਹੈ, ਨਾਮ ਵੀ ਹੁੰਦਾ ਹੈ। ਕਮਾਲ ਹੈ ਹੋ ਮੈ ਨਹੀਂ ਹੁੰਦੀ ਆਖੋ ਵਾਹਿਗੁਰੂ। ਜਿਵੇਂ ਤਵੇਂ ਜਿਉਂਦੇ ਨੇ ਉਹ ਗੁਰੂ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਨੇ। ਨਾਨਕ ਸੋ ਜਨ ਸਦਾ arogh ਏ ਨਾਨਕ ਜੀ। ਉਹ ਅੰਦਰੋਂ ਉਹ ਮੈਂ ਬੇਕਾਰਾਂ ਦੇ ਰੋਗਾਂ ਤੋਂ ਬਚੇ ਹੁੰਦੇ ਨੇ ਗੁਰਬਾਣੀ ਨੇ ਸਰੀਰਕ ਰੋਗਾਂ ਦਾ ਫਿਕਰ ਨਹੀਂ ਕੀਤਾ ਇਹ ਤਾਂ ਗੁਰੂ ਸਬਾਨਾਂ ਤੇ ਵੀ ਆਏ ਨੇ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਦੇ ਵਿੱਚ ਖੁਦ ਚੇਚਕ ਹੋ ਗਈ ਸੀ ਕਿਉਂਕਿ ਚੇਚਕ ਦੇ ਰੋਗਾਂ ਦਾ ਇਲਾਜ ਕਰਦੇ ਆ ਕਰਦੇ ਆ ਉਸ ਚੇਚਕ ਗੁਰੂ ਪਾਤਸ਼ਾਹ ਦੇ ਥੇਰੇ ਤੇ ਵੀ ਆ ਗਈ ਸੀ ਗੁਰਬਾਣੀ ਨੇ ਮਨ ਦੇ ਰੋਗਾਂ ਦਾ ਫਿਕਰ ਕਰਨਾ ਚਿੰਤਾ ਇੱਕ ਰੋਗ ਹੈ ਚਿੰਤਾ ਚ ਦੁਖੀ ਜਾਣਾ ਚਿੰਤਾ ਵਾਲੀਆਂ ਗੱਲਾਂ ਨੂੰ ਮਨ ਤੇ ਲਈ ਜਾਣਾ ਰੋਗ ਹੈ ਗੁਰਬਾਣੀ ਨੇ ਤੈਨੂੰ ਸਿਖਾ ਦੇਣਾ ਇਸ ਰੋਗ ਤੋਂ ਬਚਣਾ ਉਹੀ ਰੋਗ ਤੋਂ ਬਚਦੇ ਨੇ ਜਿਹੜੇ ਉਹਦੇ ਚਾਕਰ ਬਣ ਜਾਂਦੇ ਨੇ ਗੁਰਬਾਣੀ ਦੀਆਂ ਸਿੱਖਿਆਵਾਂ ਰੱਬ ਦੀ ਬਖਸ਼ਿਸ਼ ਉਹਦੀ ਮਿੱਠੀ ਮਿੱਠੀ ਯਾਦ ਪੈ ਪਵਨੀ ਮਨੁੱਖ ਦੇ ਮਨ ਨੂੰ ਇੱਕ ਇਸ ਤਰ੍ਹਾਂ ਹੌਸਲਾ ਦਿੰਦੀ ਜਿਵੇਂ ਮੰਦਰ ਕੋ ਥੰਮੈ ਥੰਮਣ ਵੱਡਾ ਸਾਰਾ ਮਕਾਨ ਅਮਲਿਆਂ ਤੇ ਖੜਾ ਹੁੰਦਾ ਆਖੋ ਵਾਹਿਗੁਰੂ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਦੇ ਆਸਰੇ ਉਪਦੇਸ਼ ਨੂੰ ਮੰਨਣ ਦੀ ਭਾਵਨਾ ਕੈਸਾ ਥੰਮ ਹੈ ਇਹਦੇ ਤੇ ਗੁਰਮਖ ਸੁਭਾਅ ਤੇ ਗੁਰਮਤ ਵਾਲੀ ਸੋਚ ਦਾ ਮਹਿਲ ਖੜਦਾ ਹੈ ਪਧਾਰਨਾ ਦੇ ਰਹੇ ਨੇ ਤਿਉ ਗੁਰ ਕਾ ਸ਼ਬਦ ਮਨ ਹੈ ਅਸਥਮਨ ਇਹ ਜਿਹੜਾ ਉਪਦੇਸ਼ ਹੈ ਨਾ ਇਹ ਮਨ ਨੂੰ ਥੰਮ ਕੇ ਰੱਖਦਾ ਹੈ ਕੁੰਬੇ ਬੱਧਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਗੁਰਬਾਣੀ ਦੀਆਂ ਸਿੱਖਿਆਮਾਂ ਦੀ ਸੋਝੀ ਆ ਜਾਵੇ ਮਨ ਨੂੰ ਮਿੱਠੀਆਂ ਲੱਗਣ ਮਨ ਮੰਨਣ ਤੁਰ ਪਵੇ ਤਾਂ ਇਹਨੇ ਥੰਮ ਦਾ ਕੰਮ ਕਰਨਾ ਹੈ ਪਚਾ ਕੇ ਰੱਖਣਾ ਹੈ ਸਤੰਮਨ ਹੁੰਦਾ ਥਮਲਾ سپور ਪਿੱਲਰ ਜਿਵੇਂ ਪਾਖਾਨ ਨਾਬ ਚੜ ਤਰੈ ਪੱਥਰ ਹਮੇਸ਼ਾ ਪਾਣੀ ਚ ਡੁੱਬਦਾ ਹੈ ਪਾਖਾਨ ਹੁੰਦਾ ਪੱਥਰ ਨਾਬ ਹੁੰਦਾ ਕਿਸਤੀ ਪਰ ਜੋ ਕਿਸਤੀ ਵਿੱਚ ਰੱਖ ਦਿੱਤਾ ਜਾਵੇ ਤਾਂ ਉਹ ਵੀ ਤਰ ਜਾਂਦਾ ਹੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ ਤੇਰਾ ਮਨ ਬਾਰ ਬਾਰ ਦੁੱਖਾਂ ਚ ਡੁੱਬਦਾ ਹੈ ਚਿੰਤਾ ਚ ਡੁੱਬਦਾ ਹੈ ਡੁੱਬਦਾ ਚ ਡੁੱਬਦਾ ਧਨਿਆਵੀ ਝੰਜਟਾਂ ਵਿੱਚ ਫਸ ਜਾਂਦਾ ਹੈ। ਯਾਰਿਆ ਗੁਰੂ ਦੇ ਉਪਦੇਸ਼ ਗੁਰੂ ਦੇ ਚਰਨ ਨੇ ਗੁਰ ਚਰਨ ਗੁਰ ਸ਼ਬਦ ਹੈ। ਰੱਬ ਦੇ ਗੁਣ ਰੱਬ ਦੇ ਚਰਨ ਨੇ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਤੇ ਗੁਰ ਚਰਨੀ ਲੱਗਣਾ ਹੈ। ਰੱਬ ਦੇ ਗੁਣਾ ਨੂੰ ਜ਼ਿੰਦਗੀ ਚ ਜਿਉਂ ਕੇ ਪਰਪਕਾਰੀ ਬਣ ਤੇ ਰੱਬ ਦੇ ਚਰਨਾਂ ਦੇ ਲੱਗਣਾ ਲੜ ਲੱਗਣਾ ਹੈ ਇਹਦੇ ਨਾਲ ਜ਼ਿੰਦਗੀ ਤਰ ਜਾਂਦੀ ਹੈ ਚਿੰਤਾ ਚ ਨਹੀਂ ਡੁੱਬਦੀ। ਝੰਜਟਾਂ ਚ ਨਹੀਂ ਡੁੱਬਦੀ। ਜਿਵੇਂ ਹਨੇਦਾਰ ਦੀਪਕ ਪ੍ਰਗਾਸ ਜਿਤੇ ਹਨੇਰਾ ਹੋਵੇ ਨਾ ਉਥੇ ਦੀਵਾ ਜਗਾ ਦਿਓ ਪ੍ਰਕਾਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਗੁਰੂ ਦੇ ਦਰਸ਼ਨ ਗੁਰੂ ਦੇ ਦਰਸ਼ਨ ਕੀ ਹੈ ਸਤਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੀ ਵਿਚਾਰ ਉਪਦੇਸ਼ ਨੂੰ ਮੰਨਣਾ ਗੁਰੂ ਦੇ ਦਰਸ਼ਨ ਨੇ ਇਹ ਦਰਸਪਿਤ ਕਿਹਾ ਜਾਂਦਾ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹਦਾ ਮਤਲਬ ਪਾਠ ਦੀਦਾਰ ਦੇ ਅਰਥ ਹੈ ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ ਉਹਦੇ ਨਾਲ ਮਨ ਵਿੱਚ ਸੋਝੀ ਵੀ ਆਉਂਦੀ ਹੈ ਆਨੰਦ ਰਸ ਵੀ ਆਉਂਦਾ ਨੂੰ ਵਿਗਾਸ ਕਹਿੰਦੇ ਨੇ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਵੇਂ ਮਹਾਉद्याਨ ਮੈਂ ਮਾਰਗ ਪਾਵੇ ਕੋਈ ਜੰਗਲ ਵਿੱਚ ਪਟਕਿਆ ਹੋਵੇ ਉਹਨੂੰ ਕੋਈ ਰਾਹ ਦੱਸ ਦੇਵੇ ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਕੇ ਸਾਡੇ ਮਨ ਨੂੰ ਦਿਸ਼ਾ ਮਿਲਦੀ ਹੈ ਜਦੋਂ ਦਿਸ਼ਾ ਮਿਲਦੀ ਹੈ ਤੇ ਵਾਹਿਗੁਰੂ ਜੀ ਦੀ ਜੋਤ ਤਾਂ ਹਰ ਵਰਤਾਰੇ ਵਿੱਚ ਹੈ ਪ੍ਰਗਟ ਹੋ ਜਾਂਦੀ ਹੈ ਵਰਤਾਰਾ ਚ ਸਮਝ ਆਉਣ ਲੱਗ ਜਾਂਦੀ ਹੈ ਵਾਓ ਆ ਕੈਸਾ ਵਰਤਾਰਾ ਸੀ ਇਹ ਤਾਂ ਰੱਬ ਮੇਰੇ ਲਈ ਬੋੜਿਆ ਸੀ ਜਿਹੜੇ ਵਰਤਾਰਿਆਂ ਵਿੱਚੋਂ ਦੁਨੀਆ ਨੂੰ ਸਮਝ ਨਹੀਂ ਆਉਂਦੀ ਉਸ ਵਰਤਾਰੇ ਵਿੱਚ ਰੱਬ ਬੜਦਾ ਦਿਖਾਈ ਦਿੱਤਾ ਆਖੋ ਵਾਹਿਗੁਰੂ ਪ੍ਰਗਟ ਹੋ ਗਿਆ ਜਿਹੜੇ ਗੁਰੂ ਦੇ ਚੱਕਰਾਂ ਨਹੀਂ ਗੁਰੂ ਦੇ ਪਿਆਰਿਆਂ ਨਹੀਂ ਇਹ ਵਰਤਾਰੇ ਸਮਝਾਉਂਦੇ ਨੇ ਤਿੰਨ ਸੰਤਨ ਕੀ ਬੰਛੋ ਧੂਰ ਉਹ ਸੰਤ ਸੁਭਾਅ ਵਾਲੇ ਸੰਤ ਸੋਚ ਵਾਲੇ ਗੁਰਸਿੱਖਾਂ ਦੀ ਧੂੜੀ ਲੋਚਨੀ ਪਾਵਨ ਨਿਮਰਤਾ ਦੇ ਨਾਲ ਉਹਨਾਂ ਦੇ ਸਹਿਯੋਗੀ ਬਣਨਾ ਉਹਨਾਂ ਦੀ ਸੇਵਾ ਕਰਨੀ ਨਾਨਕ ਕੀ ਹਰ ਲੋਚਾ ਪੂਰ ਨਾਨਕ ਕੀ ਹਰ ਲੋਚਾ ਪੂਰ ਫਿਰ ਇਦਾਂ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਇੱਛਾ ਪੂਰੀ ਕਰਦੇ ਨੇ ਸ਼ੋਭੇ ਇੱਛਾ ਗੁਰਮਤਨ 사ਰੀ ਇੱਛਾ ਦੁਨਿਆਵੀ ਇੱਛਾ ਨਹੀਂ ਐ ਤੇ ਦੁਨਿਆਵੀ ਮੰਗਾਂ ਦੀ ਗੱਲ ਨਹੀਂ ਇਹ ਗੁਰੂ ਦੇ ਮਾਰਗ ਤੇ ਤੁਰਨ ਦੀ ਇੱਛਾ ਹੈ ਮਾਨ ਮੂਰਖ ਕਾਹੇ ਬਿਲ ਲਾਈਐ ਐ ਮੂਰਖ ਮਨਾ ਕਿਉਂ ਰੋਣੇ ਰੋਂਦਾ ਐ ਕਿਉਂ ਚਿੰਤਾਵਾਂ ਵਿੱਚ ਤੁਖਦਾ ਐ ਕਿਉਂ ਬਿਲਕਦਾ ਰਹਿਣਾ ਹਰ ਵੇਲੇ ਕਿਉਂ ਦੁਖੀ ਮਹਿਸੂਸ ਕਰਦਾ ਆਪਣੇ ਆਪ ਨੂੰ ਪੁਰਬ ਲਿਖੇ ਕਾ ਲਿਖਿਆ ਪਾਈ ਐ ਇਹ ਪਹਿਲਾ ਜੋ ਸੁਭਾਅ ਵਿੱਚ ਜਿਸ ਤਰ੍ਹਾਂ ਦਾ ਤੇਰਾ ਪਰਿਵਾਰਕ ਕਲਚਰ ਸੀ ਜਿਸ ਤਰ੍ਹਾਂ ਦੇ ਤੂੰ ਮਾਹੌਲ ਵਿੱਚ ਗਰੋਅਪ ਹੋਇਆ ਉਸ ਤਰ੍ਹਾਂ ਦਾ ਤੇਰਾ ਸੋਚ ਸੁਭਾਅ ਲਿਖਿਆ ਗਿਆ ਉਹਦੇ 'ਚ ਦੁੱਖ ਆ ਗਏ ਜੇ ਉਹਦੇ 'ਚ ਦੁੱਖ ਆ ਗਏ ਕੋਈ ਗੱਲ ਨਹੀਂ ਵਾਹਿਗੁਰੂ ਵਰਤਾਰੇ ਵਰਤਾਉਂਦੇ ਨੇ ਗੁਰੂ ਦੇ ਵਰਤਾਰਿਆਂ ਨੂੰ ਸਮਝੇ ਇਸ ਵਰਤਾਰਿਆਂ ਵਿੱਚ ਜਿਉਂ ਤੇਰੇ ਅੰਦਰ ਨਵਾਂ ਸੁਭਾਅ ਨਵੀਂ ਸੋਚ ਲਿਖੀ ਜਾਏਗੀ ਪਹਿਲਾਂ ਲਿਖੀ ਜਾਂਦੀ ਹੈ ਫਿਰ ਪ੍ਰਾਪਤ ਹੁੰਦੀ ਹੈ ਨਾ ਕਾਲਾ ਪੈ ਨਾ ਨਿਰਾਸ਼ ਹੋ ਨਿਰਾਸ਼ ਵੀ ਨਾ ਹੋ ਢੇਰੀਆਂ ਵੀ ਨਾ ਟਾ ਇਹ ਕਾਲਾ ਵੀ ਨਾ ਪੈ ਨਵੀਂ ਜ਼ਿੰਦਗੀ ਜਿਉਣੀ ਸਿੱਖ ਰੱਬ ਵਰਦਤ ਤੈਨੂੰ ਨਵੀਂ ਜ਼ਿੰਦਗੀ ਦੇਣ ਵਾਸਤੇ ਵਰਤਾਰੇ ਵਰਤਾਉਂਦੇ ਨੇ ਤੈਨੂੰ ਨਵੀਂ ਜ਼ਿੰਦਗੀ ਦੇਣ ਵਾਸਤੇ ਕਦਰ ਤਾ ਕਰੋ ਨਾ ਵਰਤਾਰਿਆਂ ਦੀ ਉਸ ਨਵੀਂ ਜ਼ਿੰਦਗੀ ਨੂੰ ਜਿਉਣ ਲਈ ਉਦਮਤਾ ਕਰ ਆਪਾਂ ਤਾਂ ਵਾਰ ਦੁੱਖ ਸੁੱਖ ਪ੍ਰਭ ਦੇ ਬਨਹਾਰ ਚਾਹੇ ਦੁੱਖ ਮਿਲਦਾ ਚਾਹੇ ਸੁੱਖ ਮਿਲਦਾ ਇਵੈਗ੍ਰੋਧੀ ਦੇ ਨਿਯਮ ਵਿੱਚ ਮਿਲਦਾ ਏ ਜਿਉ ਜਿਹਾ ਸਾਡੀਆਂ ਭਾਵਨਾ ਜਿਉ ਜਿਹਾ ਸੋਚਾਂ ਹੁੰਦੀਆਂ ਨੇ ਉਹ ਜੇ ਫਲ ਮਿਲਦੇ ਨੇ ਅਬਰ ਤਿਆਗ ਤੂ ਤੇ ਸੱਚਤਾਰ ਅ ਬਾਕੀ ਸਾਰੀਆਂ ਕੱਚੀਆਂ ਪ੍ਰੀਤਾਂ ਐਵੇਂ ਕੱਚੇ ਤਰ੍ਹਾਂ ਦੀ ਖਿੱਚ ਇਹ ਸਭ ਛੱਡ ਦੇ ਇਹ ਚੰਜਟ ਇੱਕ ਮਣਕੇਰੀਆਂ ਵਿਸਾਰ ਦੇ ਬਸ ਪਿਆਰੇ ਨੂੰ ਯਾਦ ਰੱਖਿਆ ਕਰ ਉਹਦੀ ਮਿੱਠੀ ਮਿੱਠੀ ਯਾਦ ਜਿਉਣਾ ਸਿੱਖ ਜੋ ਕਿਛ ਕਰੈ ਸੋਈ ਸੁਖਮਾਨ ਤਰੀਕਾ ਉਹ ਜੋ ਵੀ ਵਰਤਾਰਾ ਵਰਤੌਂਦਾ ਹੈ ਜਿਸ ਤਰ੍ਹਾਂ ਦਾ ਵੀ ਜ਼ਿੰਦਗੀ ਦੇ ਹਾਲਾਤ ਬਣਦੇ ਨੇ ਅੰਦਰੋਂ ਸੰਤੋਸ਼ਟ ਰਹਿਣਾ ਸਿੱਖ ਮੰਨ ਜਾ ਇਹਦੇ ਚੋਂ ਤੈਨੂੰ ਕੋਈ ਨਾ ਕੋਈ ਚੜ੍ਹਦੀ ਕਲਾ ਮਿਲਣੀ ਹੈ ਇੱਥੇ ਮੈਂ ਬੇਨਤੀ ਕਰਾਂ ਜ਼ਿੰਦਗੀ ਦੇ ਵਿੱਚ ਜਿਹੜੇ ਕੌੜੇ ਹਾਲਾਤ ਆਪਰੇ ਹੁੰਦੇ ਨੇ ਸੋਚ ਕੇ ਦੇਖੋ 15 ਸਾਲ 20 ਸਾਲ ਪਹਿਲਾਂ 5 ਸਾਲ ਪਹਿਲਾਂ 4 ਸਾਲ ਪਹਿਲਾਂ ਜਿਹੜੀ ਦੁੱਖਾਂ ਦੀ ਮਾਹੌਲ ਆਇਆ ਸੀ ਜਦੋਂ ਅਸੀਂ ਮੰਜ਼ਲ ਤੇ ਪਹੁੰਚਦੇ ਲੱਗਦਾ ਉਹ ਤਾਂ ਇੱਕ ਗਲੀਆਂ ਸੀ ਜਿਵੇਂ ਦੁੱਖਾਂ ਦਾ ਮਾਹੌਲ ਨਾ ਹੁੰਦਾ ਤੇ ਪਿਆਰਾ ਕਿਵੇਂ ਬੋੜਦਾ ਤੇ ਜਿਉਂ ਦੁੱਖ ਇੱਕ ਗਲੀਆਂ ਸੀ ਤੇ ਜਿਹੜੇ ਦੁੱਖ ਮੌਜੂਦਾ ਸਮੇਂ ਚ ਹੁੰਦੇ ਉਹ ਵੀ ਇੱਕ ਗਲੀ ਹੁੰਦੇ ਨੇ ਤੈਨੂੰ ਕਿਤੇ ਪਚਾਉਣਾ ਚਾਹੁੰਦਾ ਪਿਆਰਾ ਇਸ ਲਈ ਸੁਖਮਾਨ ਉਸ ਨੂੰ ਸੁਖਮਾਨ ਸੰਤੋਖ ਰਹਿਣਾ ਸਿੱਖ ਸਭ ਕੁਅਤ ਕੁਆਹ ਗੁਰਜੀ ਦੇ ਨੇ ਚੜਦੀ ਕਲਾ ਲਈ ਨੇ ਹਲੇ ਲਈ ਨੇ ਅੱਖਾਂ ਬੰਦ ਕਰਕੇ ਮਹਿਸੂਸ ਤਾਂ ਕਰ ਪਿਆਰਾ ਤਾਂ ਤੇਰੇ ਲਈ ਹਰ ਵਕਤ ਦਿਨ ਰਾਤ ਸੋਚਦਾ ਪਿਆ ਉਹਦੀ ਚੋਜ ਵਰਤਾਰਿਆਂ ਨੂੰ ਤਾਂ ਸਮਝਾ ਉਹਦੀ ਭਾਵਨਾ ਤਾਂ ਸਮਝਾ ਉਹਦੀ ਤੇਰੇ ਬਾਰੇ ਸੋਚਣੀ ਤਾਂ ਸਮਝਾ ਊਲਾ ਕਾਹੇ ਫਿਰ ਆਂ ਜਾਨ ਐ ਅਣਜਾਨ ਮਨਾ ਕਿੱਥੇ ਭੁੱਲਿਆ ਫਿਰਦਾ ਤੂੰ ਕੌਣ ਵਸਤ ਆਈ ਤੇਰਾ ਸੰਗ ਜਿਹਦੇ ਵਿੱਚ ਉਲਝਦਾ ਪਿਆ ਨਾ ਨਾ ਨਾਲ ਆਈ ਇਹ ਨਾ ਨਾਲ ਨਿਬਣੀ ਐ ਇਹਨਾਂ ਚੰਜਟਾਂ ਤੋਂ ਪਰ ਉਠ ਲਪਟ ਰਿਹਾ ਰਸ ਲੋਭੀ ਪਤੰਗ ਤੇਰਾ ਲੋਭੀ ਮਨ ਪਤਾ ਨਹੀਂ ਕਿਸ ਤਰ੍ਹਾਂ ਦੇ ਰਸਾਂ ਵਿੱਚ ਚੰਜਟਾਂ ਵਿੱਚ ਲਪਟਿਆ ਹੋਇਆ ਇਹ ਪਤੰਗਾ ਬਣ ਗਿਆ ਪਮਕੜ ਬਣ ਗਿਆ ਜਿਹੜੇ ਰਸਾਂ ਦੇ ਵਿੱਚ ਇਹ ਪਤੰਗਾ ਬਣ ਕੇ ਝਟਕਦਾ ਨਾ ਉਸ ਆੜਨ ਵਾਲੇ ਨੇ ਤੈਨੂੰ ਤੇਰੇ ਦੁੱਖ ਤੇਰੀਆਂ ਚਿੰਤਾਵਾਂ ਵਧਾਉਣ ਵਾਲੇ ਨੇ ਪਹਿਚਾਨ ਪਿਆਰੇ ਦੇ ਵਰਤਾਰੇ ਨੂੰ ਜਿਨੇ ਦੁੱਖਾਂ ਨੂੰ ਘਟਾਉਣਾ ਹੈ ਜਿਨੇ ਦੁੱਖਾਂ ਨੂੰ ਵਿਸਾਰ ਦੇਣਾ ਹੈ ਜਿਨੇ ਚਿੰਤਾਵਾਂ ਤੋਂ ਉੱਪਰ ਉੱਠਣਾ ਜਿਉਣਾ ਹੈ ਇਸ ਲਈ ਜਿਉਣਾ ਸਿਖਾਉਣਾ ਹੈ ਚਿੰਤਾ ਛੁਰਨਾ ਖਿਜਣਾ ਖਪਣਾ ਦੁਖੀ ਹੋਣਾ ਇਹ ਸਭ ਕੁਝ ਤੋਂ ਉੱਪਰ ਉੱਠ ਕੇ ਜਿਉਣਾ ਸਿਖਾਉਣਾ ਹੈ ਸਿਲੀ RAM ਨਾਮ ਜਪ ਹਿਰਦੇ ਮਾਹੇ। ਉਹਦੇ ਨਿਜ਼ਮ ਰੂਪੀ ਨਾਮ ਨੂੰ ਹਿਰਦੇ ਚ ਵਸਾਲਾ ਹੈ। ਗਿਆਨ ਰੂਪੀ ਨਾਮ ਗੁਰਬਾਣੀ ਦੇ ਉਪਦੇਸਾਂ ਨੂੰ ਹਿਰਦੇ ਚ ਵਸਾਲਾ ਹੈ। ਉਹਦੀ ਮਿੱਠੀ ਮਿੱਠੀ ਯਾਦ ਪੈ ਭਾਵਨੀ ਨੂੰ ਹਿਰਦੇ ਚ ਵਸਾਲਾ ਹੈ। ਇਹਨੂੰ ਕਹਿੰਦੇ ਨੇ ਹਿਰਦੇ ਚ ਜਪਣਾ। ਨਾਨਕ ਪਤਛੇ ਤੀਂ ਘਰ ਜਾਹੇ। ਤੇਰੇ ਸੰਸਾਰ ਤੋਂ ਬੜੀ ਇੱਜ਼ਤ, ਮਾਨ, ਸਨਮਾਨ ਦੇ ਨਾਲ। ਜੀਵਨ ਜਿਉਣਾ ਹੈ ਮਾਨ ਸਨਮਾਨ ਦੇ ਨਾਲ ਵਾਹਿਗੁਰੂ ਜੀ ਦੇ ਨਸਰਾਂ ਦਾ ਪਾਤਰ ਬਣਨਾ ਹੈ ਜਿਨ੍ਹਾਂ ਜਿਨਾਂ ਨੂੰ ਇਹ ਸਹਜ ਪਾਠ ਪੁਲਾਰੇ ਦੇ ਰਿਹਾ ਹੈ ਅੰਦਰ ਚੰਗੇ ਚੰਗੇ ਪਰਪਕਾਰ ਕਰਨ ਦੇ ਜਜ਼ਬੇ ਜਾਗਦੇ ਨੇ ਉੱਠੋ ਜਾਗੋ ਸਪੋਰਟਰ ਬਣੋ ਆਪਾਂ ਵਾਰੋ ਇਦਾਂ ਸੋਚਿਆ ਕੁਝ ਨਹੀਂ ਬਣਨਾ ਦੂਜਿਆਂ ਲਈ ਜਿਉਣਾ ਸਿੱਖੀਏ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰੀਏ ਪਾਤਰ ਬਣੋ ਜ਼ਿੰਮੇਵਾਰੀਆਂ ਚੁੱਕੋ ਮੋਢਿਆਂ ਤੇ ਆਉਣ ਵਾਲੀ ਪੀੜੀ ਨੂੰ ਗੁਰੂ ਚਰਨਾਂ ਨਾਲ ਜੋੜੀਏ ਇੱਕ ਇੱਕ ਜ਼ਿੰਮੇਵਾਰੀ ਚੁੱਕ ਲੋ ਫਿਰ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਉਸ ਜ਼ਿੰਮੇਵਾਰੀ ਲਈ ਆਪਾ ਵਾਰ ਦਿਓ ਮੈਂ ਆ ਜ਼ਿੰਮੇਵਾਰੀ ਚੁੱਕਣੀ ਹੈ ਜ਼ਿੰਮੇਵਾਰੀਆਂ ਚੁੱਕਾਂਗੇ ਕੌਮ ਦੀ ਚੜ੍ਹਦੀ ਕਲਾ ਲਈ ਪਰਪਕਾਰ ਬਣਾਂਗੇ ਪਰਪਕਾਰੀ ਬਣਾਂਗੇ ਸਿਰ ਬਖਸ਼ੇ ਤੇ ਪਾਤਰ ਬਣਾਂਗੇ ਗੁਰੂ ਦੇ ਚਾਕਰ ਕਹਿਲਾਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ